ਨਾਮ ਜੀ ਆਪਣਾ? ਰੇਸ਼ਮ ਸਿੰਘ। ਕਿੱਥੋਂ ਆਏ ਜੀ? ਸਾਗਰਪੁਰ ਤੋਂ। ਅੱਜ ਕੀ ਮਸਲਾ ਜੀ ਇੱਥੇ? ਮਸਲਾ ਇਹ ਆ ਵੀ ਜਿਹੜਾ ਨਜਾਇਜ਼ ਹਾਜ਼ਰੀਆਂ ਮਰੀਜ਼ਾਂ ਦੇ ਵਾਲੇ ਲਾਉਂਦੇ ਆ, ਹਾਂਜੀ, ਖਾਤਿਆਂ 'ਚ ਪੈਸੇ ਆ ਜਾਂਦੇ ਆ। ਠੀਕ ਹੈ, ਹੈਂ ਠੀਕ ਹੈ। ਉਹਨਾਂ ਕੋਲੋਂ ਉਹ ਪੈਸੇ ਕਢਾ ਕੇ ਮੰਗਣ ਡਏ। ਅੱਛਾ ਜੀ, ਹਾਂਜੀ। ਅਤੇ ਤੁਸੀਂ ਅੰਦਰ ਜਾ ਕੇ ਗੱਲ ਨਹੀਂ ਕੀਤੀ? ਗੱਲ ਕੀਤੀ, ਹੁਣ ਵੀਡੀਓ ਅੰਦਰ ਪੜ੍ਹ ਨਹੀਂ ਦਿੰਦਾ। ਅੱਛਾ, ਬਾਕੀ ਤਾਂ ਬੀਬੀਆਂ ਅੰਦਰ ਗਈਆਂ, ਤੁਹਾਨੂੰ ਨਹੀਂ ਅੰਦਰ ਜਾਣ ਦਿੱਤਾ? ਜਾਣ ਦਿੰਦੇ ਵੀ ਗੱਲ ਕਲੀਅਰ ਆ ਹੋਣੀ ਆ। ਹਾਂਜੀ ਹਾਂਜੀ, ਹਾਂ, ਕਿ ਮੇਨ ਮਸਲਾ ਇਹ ਹੀ ਆ। ਹਾਂ, ਜੋ ਜਦੋਂ ਹੁਣ ਬਾਹਰੇ ਬਾਹਰ ਨਿਕਲ ਗਏ ਤਾਂ ਫਿਰ ਗੱਲ ਹੋਊਗੀ, ਜੇ ਵੀਡੀਓ ਨਾਲ ਕਰਾਂਗੇ। ਠੀਕ ਹੈ ਜੀ, ਹਾਂਜੀ। ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪੈਸੇ ਮਿਲਣੇ ਚਾਹੀਦੇ ਆ, ਹੈਂ, ਤਾਂ ਉਹਦੇ ਖਾਤੇ 'ਚ ਹੀ ਪੈਸੇ ਆਉਣੇ ਚਾਹੀਦੇ। ਮਤਲਬ ਨਜਾਇਜ਼ ਹਾਜ਼ਰੀਆਂ ਲੱਗਦੀਆਂ? ਹਾਂਜੀ ਹਾਂਜੀ, ਨਜਾਇਜ਼ ਹਾਜ਼ਰੀਆਂ ਜਿਨ੍ਹਾਂ ਦੇ ਲੱਗੀਆਂ ਆ, ਮੁੰਡਾ ਕੋਲ ਖੜਾ ਹੋ ਰਿਹਾ ਕਾਲੇ, ਹਾਂ, ਉਹਨੇ ਦੇਖੋ।